हाँ जी, सत श्री अकाल जी। हाँ सत श्रीकाल सर, वाहेगुरु जी का खालसा, वाहेगुरु जी की फतेह। हाँ जी सर, एक ना मैनू ये दसो, जिमें मजदूरां दे प्रति सरकारां ने भी किया वा भी 15,000 तो घट किसी की तनखा नहीं होनी चाहिए, जिहड़े लोग मजदूर मिलों के कम करते हैं, तुसी उन्हां दे बारे सानू चानना पाओ भी, जिवें बहुत कई बार घट तनखाहां ते भी बच्चे काम कर रहे ने, उन्हां बारे की कहना चाहोगे? सर सारा हुण पहला मैं आपदे पंजाब दे कोने कोने विच वस रहे पंजाबियां नूं दुबारा फिर बेनती करदा, वाहिगुरु जी का खालसा, वाहिगुरु जी की फतेह। दोस्तों अज क्योंकि मेरा पंजाब आ जिहड़ा दिन पर दिन गरीबी वल नूं वधदा जा रहा, जिहड़ी साडी दिहाड़ी है जी, अज 75 साल हो गए सानू आजाद होया नूं जी, 75 साल दे विच साडी देश दी जिहड़ी गरीब दी दिहाड़ी आ, जिहनू गरीब नूं अज ला के चलीए 400 तो उत्ते दिहाड़ी नहीं दित्ती जा रही, जे उहदा खर्चा लाईए तां हिसाब ला लो भी 35 तो 4 हज़ार रुपया महीने दा उहदा खर्चा हो रहा है जी, ते जे उहनू लाईए तां अज दे हिसाब नाल इक गरीब बंदा अपने घर दा गुजारा भी नहीं कर सकदा। ਇਹ ਰਾਜਨੀਤਿਕ ਲੋਕ ਨੇ ਜਿਹੜੇ ਜਿੰਮੀਆਂ ਸਾਡੀਆਂ ਨਿਰੰਤਰ ਮਿੱਲਾਂ ਲੱਗੀਆਂ ਹੋਈਆਂ ਨੇ, ਲੁਧਿਆਣਾ ਹੋ ਗਿਆ, ਜਲੰਧਰ ਹੋ ਗਿਆ, ਅੰਮ੍ਰਿਤਸਰ, ਬਠਿੰਡਾ ਜੀ, ਜਾਂ ਮੋਗਾ, ਜਾਂ ਸਾਡੇ ਫਤਿਹਗੜ੍ਹ ਦੇ ਨਾਲ ਮੰਡੀ ਗੋਬਿੰਦਗੜ੍ਹ ਹੈ ਜੀ, ਇਹਨਾਂ ਮਿੱਲਾਂ ਦੇ ਵਿੱਚ ਠੇਕੇਦਾਰੀ ਸਿਸਟਮ ਆ ਜਿਹੜਾ ਉਹਦੇ ਥਰੂ ਲਾ ਲਓ, ਜਾਂ ਮਿੱਲਾਂ ਲਾ ਲਓ, ਜਾਂ ਜਿਹੜੇ ਸਾਡੇ ਲੇਬਰ ਇੰਸਪੈਕਟਰ ਲਗਾਏ ਜਾਂਦੇ ਨੇ ਜੀ, ਉਹਨਾਂ ਵੱਲੋਂ ਨਾ ਕੋਈ ਚੈਕਿੰਗ ਕੀਤੇ ਜਾਣ ਅਤੇ ਨਾ ਹੀ ਕੋਈ ਸਾਡੇ ਪ੍ਰਦੂਸ਼ਣ ਬੋਰਡ ਵੱਲੋਂ ਇਹਨਾਂ ਦੀ ਚੈਕਿੰਗ ਕੀਤੀ ਜਾਂਦੀ ਆ, ਨਾ ਜਿਹੜੇ ਉੱਚੇ ਅਧਿਕਾਰੀ ਨੇ ਐਕਸਾਈਜ਼ ਮਹਿਕਮੇ ਦੇ, ਇਹ ਸਾਰੇ ਮਿਲ ਕੇ ਯਾਨੀ ਕਿ ਸਾਡੇ ਪੰਜਾਬ ਦਾ ਬੇੜਾ ਗਰਕ ਕਰਨ ਲੱਗੇ ਹੋਏ ਨੇ। ਤਾਂ ਸਰਕਾਰਾਂ ਹੀ ਧਿਆਨ ਦਿੰਦੀਆਂ ਨੇ, ਕੋਈ ਸਰਕਾਰਾਂ ਇਸ ਕਰਕੇ ਨਹੀਂ ਧਿਆਨ ਦਿੰਦੀਆਂ ਵੀ ਜਿਹੜੇ ਸਰਕਾਰਾਂ ਦੇ ਜਦੋਂ ਇਲੈਕਸ਼ਨਾਂ ਹੁੰਦੀਆਂ ਨੇ, ਇਹ ਵੱਡੀਆਂ ਫਾਰਮਾਂ ਨੇ ਜਿਹੜੀਆਂ ਫੈਕਟਰੀਆਂ ਨੇ ਜੀ, ਇਹਨਾਂ ਨੂੰ ਫੰਡ ਦਿੰਦੇ ਨੇ ਲੱਖਾਂ ਰੁਪਈਆ, ਇਸ ਕਰਕੇ ਸਰਕਾਰੀ ਕੋਈ ਰਾਜਨੀਤਿਕ ਬੰਦਾ ਇਹਨਾਂ ਵੱਲ ਧਿਆਨ ਨਹੀਂ ਦਿੰਦਾ। ਅੱਛਾ ਜੀ, ਇੱਕ ਨਾ ਧਰਮਪਾਲ ਜੀ ਮੈਨੂੰ ਇਹ ਦੱਸੋ, ਜਿਸ ਤਰ੍ਹਾਂ ਇੰਡਸਟਰੀਆਂ ਲੱਗੀਆਂ ਨੇ, ਕਈ ਵਾਰ ਨਾ ਲੋਕ ਪਿੰਡਾਂ ਦੇ ਇਕੱਠੇ ਹੋ ਕੇ ਧਰਨੇ ਵੀ ਅਸੀਂ ਲੱਗਦੇ ਦੇਖੇ ਆ, ਵੀ ਉਹ ਕਹਿੰਦੇ ਵੀ ਪਿੰਡਾਂ ਦੇ ਜਿੱਥੇ ਨੇੜੇ ਇੰਡਸਟਰੀ ਏਰੀਆ, ਵੀ ਉਹ ਪਿੰਡਾਂ ਦੇ ਵਿੱਚ ਬਿਮਾਰੀਆਂ ਦੀ ਭਰਮਾਰ ਬਹੁਤ ਪੈਂਦੀ ਆ, ਉਹ ਮੰਨ ਲਓ ਕਿਸ ਤਰ੍ਹਾਂ ਉਹਨੂੰ ਆਪਾਂ ਦੇਖਦੇ ਹਾਂ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀ ਉਹ ਬਿਮਾਰੀਆਂ ਦਾ ਕਾਰਨ ਕਿਵੇਂ ਬਣਦੀਆਂ ਨੇ ਉਹ ਫੈਕਟਰੀਆਂ? ਸਰ ਜਿਵੇਂ ਅਸੀਂ ਸਾਡੇ ਲਾਗੇ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹੇ ਦੇ ਵਿੱਚ ਮੰਡੀ ਗੋਬਿੰਦਗੜ੍ਹ ਪੈਂਦਾ ਜੀ, ਉੱਥੇ 50% ਤੋਂ ਵੱਧ ਜਿਹੜੀਆਂ ਮਿੱਲਾਂ ਨੇ ਜੀ, ਉਹਨਾਂ ਵਿੱਚ ਪ੍ਰਦੂਸ਼ਣ ਬੋਰਡ ਵੱਲੋਂ ਜੋ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਜੀ, ਉਹ ਕੋਈ ਸਹੂਲਤ ਪੂਰੀ ਨਹੀਂ ਕੀਤੀ ਜਾਂਦੀ ਜੀ, ਉਹਨਾਂ ਦੀ ਜਿੱਥੇ ਨੂੰ ਮਿੱਲਾਂ ਲੰਘਦੇ ਨੇ ਲੋਕ ਜੀ, ਉੱਥੇ ਇੰਨਾ ਪ੍ਰਦੂਸ਼ਣ ਆ, ਕੱਚੇ ਰਸਤੇ, ਗੰਦਾ ਹੋਇਆ ਰਾਹ ਜੀ, ਉੱਥੇ ਜਿਹੜੇ ਖਾਣ ਪੀਣ ਵਾਲੇ ਜਾਂ ਫੈਕਟਰੀਆਂ ਦੇ ਵਿੱਚ ਕੰਟੀਨਾਂ ਖੁੱਲੀਆਂ ਹੋਈਆਂ ਨੇ ਜੀ, ਸਾਰਾ ਘਟੀਆ ਤੋਂ ਘਟੀਆ ਸਮਾਨ ਦਿੱਤਾ ਜਾਂਦਾ ਜੀ, ਜਿਹੜੇ ਉੱਥੇ ਦਫ਼ਤਰਾਂ 'ਚ ਹਾਜ਼ਰੀਆਂ ਲੱਗਦੀਆਂ ਨੇ ਜੀ, ਉਹਨਾਂ ਵਿੱਚ ਵੀ ਪ੍ਰਵਾਸੀ ਮਜ਼ਦੂਰ ਨੇ ਜਿਹੜੇ, ਉਹ 50 ਲੱਖ ਮਜ਼ਦੂਰ ਪੰਜਾਬ ਦੇ ਵਿੱਚ ਆ ਕੇ ਕੰਮ ਕਰ ਰਹੇ ਆ, ਜਿਹੜੇ ਸਾਡੀ ਪੰਜਾਬ ਦੀ ਨੌਜਵਾਨੀ ਆ ਜੀ, ਉਹਦਾ ਇੰਨਾ ਬਹੁਤ ਦੁਖੀ ਹੈ ਜੀ, ਨਾ ਤਾਂ ਵਿਚਾਰੇ ਦਾ ਉਹਦਾ ਘਰ ਚੱਲਦਾ, ਨਾ ਹੀ ਉਹਦਾ ਘਰ ਦਾ ਗੁਜ਼ਾਰਾ, ਇਸ ਕਰਕੇ ਸਾਡਾ ਨੌਜਵਾਨੀ ਨਸ਼ਿਆਂ ਵੱਲ ਨੂੰ ਤੁਰ ਪਈ, ਕਿਉਂਕਿ ਜਦ ਬੰਦੇ ਨੂੰ ਘਰੇ ਰੋਟੀ ਨਾ ਮਿਲੇ ਤੇ ਉਹਨੇ ਆਪਦੀ ਰੋਟੀ ਲਈ ਕੋਈ ਨਾ ਕੋਈ ਪ੍ਰਬੰਧ ਤਾਂ ਕਰਨਾ ਹੁੰਦਾ ਜੀ। ਥੈਂਕ ਯੂ ਜੀ, ਬਹੁਤ ਧੰਨਵਾਦ। ਹਜੇ ਥੋੜੀ ਜਿਹੀ ਜਿਵੇਂ ਸਰ ਸਾਡੇ ਪੰਜਾਬ ਦੇ ਵਿੱਚ ਗੰਨਾ ਮਿੱਲ ਫੈਕਟਰੀ ਲੱਗੀ ਪਈ ਆ ਜੀ, ਮੈਂ ਆਪਦੇ ਦੇਖਿਆ ਮੇਰੇ ਹੁੰਦੇ ਜਦੋਂ ਪੰਜਾਬ ਦੇ ਵਿੱਚ ਚੀਨੀ ਆਈ ਆ ਤਾਂ ਪੁਰਾਣੇ ਬੂਟ ਪ੍ਰਸਕਰ ਤੇ ਦੇ ਕੇ ਲੋਕ ਚੀਨੀ ਲੈਂਦੇ ਹੁੰਦੇ ਸੀ ਜੀ, ਇਹਨਾਂ ਨੇ ਧੱਕੇ ਨਾਲ ਸਾਨੂੰ ਚੀਨੀ ਪੀਰ ਲਾਇਆ ਜੀ। ਅੱਜ ਪੂਰੇ ਪੰਜਾਬ ਦੇ ਵਿੱਚ 3 ਕਰੋੜ ਦੀ ਪ੍ਰਸ ਦੀ ਆਬਾਦੀ ਆ, ਜੇ 100 ਗ੍ਰਾਮ ਚੀਨੀ ਇੱਕ ਘਰ ਵਿੱਚ ਲੱਗਦੀ ਆ ਤਾਂ ਤੁਸੀਂ ਹਿਸਾਬ ਲਾ ਲਓ 300 ਕਰੋੜ ਰੁਪਏ ਦੀ ਚੀਨੀ ਸਾਡੇ ਪੰਜਾਬ 'ਚ ਲੱਗਦੀ ਆ। ਉਸ ਤੋਂ ਬਾਅਦ ਜਿਵੇਂ ਦੁੱਧ ਲਾ ਲਓ, ਘਿਓ ਲਾ ਲਓ, ਤੇਲ ਲਾ ਲਓ, ਸਾਡੇ ਯਾਨੀ ਕਿ ਪੰਜਾਬ ਦੇ ਇੱਕ ਦਿਨ ਦੀ ਜੋ ਖਪਤ ਆ ਉਹ 300 ਕਰੋੜ ਤੋਂ ਪਲੱਸ ਦੀ ਆ ਜੋ ਅਸੀਂ ਖਾਂਦੇ ਹਾਂ ਜੀ। ਜੇ 300 ਕਰੋੜ ਰੁਪਈਏ ਦੇ ਉੱਤੇ ਅਸੀਂ ਡੇਲੀ ਦਾ ਟੈਕਸ ਲਾ ਕੇ ਚੱਲੀਏ ਤਾਂ ਸਾਡਾ ਪੰਜਾਬ ਆ ਜਿਹੜਾ ਬਹੁਤ ਅਮੀਰ ਬਣ ਸਕਦਾ, ਪਰ ਸਾਡੀਆਂ ਜਿਹੜੀਆਂ ਸਰਕਾਰਾਂ ਵੱਲੋਂ ਅਫਸਰ ਲਗਾਏ ਗਏ ਨੇ ਜਾਂ ਰਾਜਨੀਤਿਕ ਲੋਕ ਮੰਤਰੀ ਜਾਂ ਉਹਨਾਂ ਦੇ ਸੈਕਟਰੀ ਵਗੈਰਾ ਲੱਗੇ ਹੋਏ ਨੇ ਜੀ, ਉਹ ਇਹਨਾਂ ਵੱਲ ਧਿਆਨ ਨਹੀਂ ਦਿੰਦੇ ਹੈਗੇ। ਇਹਨਾਂ ਦੀ CBI ਤੋਂ ਜਾਂਚ ਹੋ ਕੇ ਵੱਡੀਆਂ ਫਾਰਮਾਂ ਨੇ ਜਿਹੜੀਆਂ ਮਿੱਲਾਂ ਲੱਗੀਆਂ ਹੋਈਆਂ ਨੇ ਜਾਂ ਫੈਕਟਰੀਆਂ ਨੇ ਜੀ,
ਖੱਡੇ ਦੇ ਲਾਗੇ ਬਹੁਤ ਫੀਡ ਫੈਕਟਰੀਆਂ ਨੇ ਜੀ, ਜਿਹਦੀਆਂ ਨਾਲ ਸਾਡੇ ਪਸ਼ੂਆਂ ਨੂੰ ਕੈਮੀਕਲ ਇਹੋ ਜਿਹੇ ਪਾਏ ਜਾਂਦੇ ਨੇ, ਉਹ ਫੀਡ ਦੇ ਨਾਲ ਸਾਨੂੰ ਬਿਮਾਰੀਆਂ ਲੱਗਦੀਆਂ ਨੇ ਜੀ। ਇਸ ਕਰਕੇ ਸਾਨੂੰ ਚਾਹੀਦਾ ਵੀ ਸਰਕਾਰ ਇਹਨਾਂ ਦੇ ਸੈਂਪਲ ਭਰ ਕੇ ਜਿਹੜੀਆਂ ਫੀਡ ਫੈਕਟਰੀਆਂ ਲੱਗੀਆਂ ਹੋਈਆਂ ਨੇ ਜੀ, ਉਹ ਚੈੱਕ ਕੀਤੇ ਜਾਣ ਵੀ ਉਹਨਾਂ ਵਿੱਚ ਕੀ ਕੈਮੀਕਲ ਪਾਇਆ ਜਾਂਦਾ, ਤਾਂ ਕਿ ਸਾਡੀ ਜਿਹੜੀ ਪਸ਼ੂ ਦਾ ਦੁੱਧ ਪੀਂਦੇ ਹਾਂ ਦੁੱਧ ਨਾਲ ਸਾਨੂੰ ਜਿਹੜੀਆਂ ਬਿਮਾਰੀਆਂ ਲੱਗਦੀਆਂ ਨੇ, ਉਹ ਤੋਂ ਸਾਡਾ ਪੰਜਾਬ ਦਾ ਜਿਹੜਾ ਨੌਜਵਾਨ ਦੁੱਧ ਪੀਂਦਾ ਜਾਂ ਸਾਡੇ ਬੱਚੇ ਦੁੱਧ ਪੀਂਦੇ ਨੇ ਉਹ ਸ਼ੁੱਧ ਪੀਤਾ ਜਾਵੇ, ਅਤੇ ਜਿਹੜੀਆਂ ਫੈਕਟਰੀਆਂ ਜਾਲੀ ਕੈਮੀਕਲ ਪਾ ਕੇ ਜਾਂ ਇੱਕ ਰਾਜਪੁਰੇ ਦੇ ਲਾਗੇ ਘਿਓ ਫੈਕਟਰੀਆਂ ਲੱਗੀਆਂ ਹੋਈਆਂ ਨੇ, ਧੂਰੀ ਦੇ ਵਿੱਚ ਘਿਓ ਫੈਕਟਰੀ ਲੱਗੀ ਹੋਈ ਹੈ ਜੀ, ਉਹਨਾਂ ਦੇ ਸੈਂਪਲ ਵਧੀਆ ਕੋਈ ਏਜੰਸੀ ਤੋਂ, ਜਿਵੇਂ ਇਸ ਦਾ ਕਹਾਂਗਾ ਵੀ ਇੱਕ ਇੱਕ ਫੈਕਟਰੀ ਜੀ, ਜੇ ਸਾਡੀ ਸਰਕਾਰ ਇਮਾਨਦਾਰ ਆ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਬੇਨਤੀ ਕਰਾਂਗੇ ਅਤੇ ਅਮਿਤ ਸ਼ਾਹ ਜੀ ਨੂੰ, ਕਿਉਂਕਿ ਉਹ ਸਾਡੇ ਹਿੰਦੁਸਤਾਨ ਦੇ ਕਿੰਗ ਨੇ ਜੀ, ਉਹਨਾਂ ਨੇ ਹਮੇਸ਼ਾ ਹੀ ਗਰੀਬਾਂ ਦਾ ਭਲਾ ਕਰਿਆ, ਵੀ ਇੱਕ ਪੰਜਾਬ ਦੇ ਵਿੱਚ ਕੀ ਪੂਰੇ ਸੰਵਿਧਾਨ ਦੇ ਵਿੱਚ ਪਾ ਕੇ 1,000 ਰੁਪਇਆ ਡੇਲੀ ਦੀ ਦਿਹਾੜੀ ਕੀਤੀ ਜਾਵੇ, ਜਿਸ ਨਾਲ 30,000 ਰੁਪਏ ਗਰੀਬ ਬੰਦੇ ਦੀ ਮਹੀਨੇ ਦੀ ਆਮਦਨ ਬਣਦੀ ਆ, ਉਹਦੇ ਨਾਲ ਉਹਦਾ ਘਰ ਦਾ ਗੁਜ਼ਾਰਾ ਚੱਲੂ, ਜਦਕਿ ਸਰਕਾਰੀ ਮੁਲਾਜ਼ਮ ਦੀ 3,000 ਰੁਪਏ ਤੋਂ ਉੱਤੇ ਦੀ ਦਿਹਾੜੀ ਬਣਦੀ ਆ, ਜਿਹੜਾ ਕਿ 90,000 ਕਮਾ ਕੇ ਵੀ ਫਿਰ ਵੀ ਉੱਤੇ ਥੱਲੇ ਹੱਥ ਪੱਲੇ ਮਾਰਦਾ ਰਹਿੰਦਾ, ਪਰ ਇੱਕ ਗਰੀਬ ਬੰਦੇ ਨਾਲ 10,000 ਨਾਲ ਉਹ ਕਿੱਥੋਂ ਘਰ ਦਾ ਗੁਜ਼ਾਰਾ ਚਲਾਊਗਾ, ਜਿਸ ਕਰਕੇ ਘਰਾਂ ਦੇ ਵਿੱਚ ਅੱਜ ਚੁੱਲ੍ਹੇ ਬੰਦ ਪਏ ਨੇ। ਉਹ ਪੰਜਾਬ ਦੇ ਨੌਜਵਾਨਾਂ ਦੇ ਪਿੰਡਾਂ ਦੇ ਹਾਲਾਤ ਦੇਖੇ ਜਾਣ, ਮੈਂ ਪੂਰੇ ਪੰਜਾਬ ਦੇ ਮੀਡੀਆ ਨੂੰ ਬੇਨਤੀ ਕਰੂੰਗਾ ਵੀ ਜਿਹੜੇ ਯੂਟਿਊਬ ਚੈਨਲ ਚਲਾਉਂਦੇ ਨੇ ਜਾਂ ਫੇਸਬੁੱਕਾਂ ਚਲਾਉਂਦੇ ਨੇ, ਕਿਉਂਕਿ ਬੜੇ ਚੈਨਲ ਤਾਂ ਇਹੋ ਜਿਹੇ ਵਿਕੇ ਹੋਏ ਲਾ ਲਏ, ਕੁਛ ਵੀ ਲਾ ਲਓ, ਗਰੀਬਾਂ ਦੀ ਆਵਾਜ਼ ਨਹੀਂ ਚੱਕਦੇ, ਨਾ ਕਿਤੇ ਰਾਜਨੀਤਿਕ ਬੰਦੇ ਨੇ ਆਵਾਜ਼ ਚੱਕਣੀ ਆ। ਤੁਸੀਂ ਪਿੰਡਾਂ ਵਿੱਚ ਜਾਓ, ਪਿੰਡਾਂ ਦੇ ਹਾਲਾਤ ਲੋ ਸਰਕਾਰਾਂ ਤੱਕ ਪਹੁੰਚਦੇ ਕਰੋ, ਤਾਂ ਕਿ ਜਿਹੜੇ ਸਾਡੇ ਗਰੀਬ ਲੋਕਾਂ ਦੀ ਆਵਾਜ਼ ਆ ਉਹ ਸਰਕਾਰ ਤੱਕ ਪਹੁੰਚੇ, ਸਰਕਾਰ ਧਿਆਨ ਦੇਵੇ। ਅਤੇ ਮਿੱਲ ਫੈਕਟਰੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਉਹ 2,00,000 ਕਰੋੜ ਰੁਪਏ ਦਾ ਟੈਕਸ ਚੋਰੀ ਕਰਦੀਆਂ ਨੇ, ਉਹਨਾਂ ਦੇ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਕਿ ਅਗਰ ਸਰਕਾਰ ਇਹਨਾਂ ਪਰ ਧਿਆਨ ਨਹੀਂ ਦਊਗੀ ਤਾਂ 23 ਮਾਰਚ ਤੋਂ ਬਾਅਦ ਅਸੀਂ ਪੂਰੇ ਪੰਜਾਬ ਦੇ ਵਿੱਚ ਇੱਕ ਯਾਤਰਾ ਕੱਢਾਂਗੇ, ਜਿਸ ਵਿੱਚ ਜਿਹੜੇ ਗਰੀਬ ਲੋਕ ਨੇ ਉਹਨਾਂ ਤੱਕ ਅਸੀਂ ਪਹੁੰਚ ਕਰਦੇ ਹਾਂ, ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਜੋ ਅੰਗਹੀਣ ਨੇ ਜਾਂ ਜਿਹਨਾਂ ਨੂੰ ਕੋਈ ਆਮਦਨ ਦਾ ਸਾਧਨ ਨਹੀਂ ਉਹ ਮੇਰੇ ਇਸ ਫੋਨ ਨੰਬਰ 'ਤੇ ਫੋਨ ਕਰਕੇ ਮੈਨੂੰ ਦੱਸਣ, ਜੋ ਅਸੀਂ ਮਦਦ ਕਰ ਸਕਦੇ ਹਾਂ ਅਸੀਂ ਉਹਨਾਂ ਤੱਕ ਪਹੁੰਚ ਕਰਾਂਗੇ ਅਤੇ ਉਹਨਾਂ ਦੀ ਆਵਾਜ਼ ਵੀ ਸਰਕਾਰ ਤੱਕ ਪਜਾਵਾਂਗੇ। ਮੇਰਾ ਫੋਨ ਨੰਬਰ ਹੈਗਾ 98 169 29 510। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।